ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਭਰਾਵੋ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ, ਸੋਸ਼ਲ ਮੀਡੀਆ 'ਤੇ ਆ ਰਿਹਾ, ਕੱਲ੍ਹ ਤੋਂ ਸਵੇਰੇ ਨੈੱਟ ਬੰਦ ਕਰਨ ਜਾ ਰਹੀ ਹੈ ਹਰਿਆਣਾ ਸਰਕਾਰ, ਅਤੇ ਤੁਹਾਨੂੰ ਅੱਜ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ। ਸਿਰਸਾ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਸਾਥੀ ਹੈ, 13 ਤਰੀਕ ਨੂੰ ਤੁਸੀਂ ਡੱਬ ਵਾਲੀ ਜਿਹੜਾ ਬੈਰੀਗੇਟ ਹੈ, ਆਪਾਂ ਇੱਕ ਵਾਰੀ ਉੱਧਰ ਨੂੰ ਆਉਣਾ ਹੈ, ਆਪਣੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਹੈ, ਇੱਕ ਵਾਰੀ ਜਿੱਥੇ ਆਪਾਂ ਜੋ ਪਹਿਲੇ ਪ੍ਰੋਗਰਾਮ ਬਣਾਇਆ ਉਸੇ ਅਨੁਸਾਰ ਰੱਖਣੀਆਂ ਹੈ। ਲੇਕਿਨ ਅਸੀਂ ਜਿਹੜੇ ਪੰਜਾਬ 'ਚੋਂ ਰਾਜਸਥਾਨ 'ਚੋਂ ਜਿਹੜੇ ਸਾਡੇ ਵੈਲਕਮ ਟੂ ਬਾਬਾ ਫਰੀਦ ਪਬਲਿਕ ਸਕੂਲ ICSE ਸੇ ਮਾਨਿਅਤਾ ਪ੍ਰਾਪਤ ਗੋਆ ਕੇਰਲ ਕੇ ਅਨੁਭਵੀ ਸਟਾਫ ਕੇ ਸਾਥ ਫੁਲੀ AC ਵੇ ਹੋਸਟਲ ਕੀ ਸੁਵਿਧਾ ਕੇ ਸਾਥ ਪ੍ਰਦੂਸ਼ਣ ਰਹਿਤ ਸ਼ਾਂਤਮਈ ਵਾਤਾਵਰਨ ਪ੍ਰਤੀਕ ਕਮਰੇ ਕੇ ਸਾਥ ਅਟੈਚਡ ਵਾਸ਼ਰੂਮ ਸੰਤੁਲਿਤ ਸ਼ਾਕਾਹਾਰੀ ਭੋਜਨ ਔਰ ਹੋਸਟਲ ਮੇ ਹੀ ਅਧਿਆਪਕ ਦੁਆਰਾ ਐਕਸਟਰਾ ਕਲਾਸ ਵੀ ਉਪਲਬਧ ਹੈ। ਆਪਣੇ ਸਪਨੋ ਕੋ ਸਾਕਾਰ ਕਰਨੇ ਕੇ ਲੀਏ ਆਜ ਹੀ ਦਾਖਿਲਾ ਲੇ। ਕਿਸਾਨ ਭਰਾ ਆਉਣਗੇ ਉਹਨਾਂ ਨੂੰ ਬੈਰੀਗੇਟ ਤੋਂ ਰਿਸੀਵ ਕਰਕੇ ਸਰਸੇ ਤੱਕ ਲੈ ਕੇ ਆਉਣਾ ਅਤੇ ਨਾਲ ਚੱਲਣਾ ਦਿੱਲੀ। ਸਾਥੀਓ, ਇਹ ਸਰਕਾਰ ਨੇ ਇੰਨੇ ਉੱਚੇ ਹੱਥਕੰਡੇ ਅਪਣਾ ਰਹੀ ਹੈ, ਜਿਹੜੇ ਪਿੰਡਾਂ ਦੇ ਰਸਤੇ ਆ, ਪਿੰਡਾਂ ਦੇ ਰਸਤੇ ਵੀ ਬਲੋਕ ਕੀਤੇ ਜਾ ਰਹੇ ਆ। ਬਹੁਤ ਸਾਰੇ ਕਿਸੇ ਦੇ ਵਿਆਹ ਸ਼ਾਦੀ ਆ, ਖੁਸ਼ੀ ਗਮੀ ਦੇ ਮੌਕੇ ਵੀ ਆਉਂਦੇ ਆ, ਅਤੇ ਬਹੁਤ ਪਬਲਿਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਕਿਸਾਨ ਦੇਸ਼ ਦਾ ਅੰਨਦਾਤਾ, ਆਪਣੀ ਰਾਜਧਾਨੀ ਵੱਲ ਜਾ ਰਿਹਾ, ਲੇਕਿਨ ਉਸ ਨੂੰ ਰੋਕਣ ਵਾਸਤੇ ਇੰਨੇ ਪ੍ਰਬੰਧ ਕੀਤੇ ਹੋਏ ਆ ਵੀ ਕਿਤੋਂ ਵੀ ਨੈੱਟ ਬੰਦ ਕਰਤੇ, ਕਿਤੋਂ ਗੁਰਦੁਆਰਿਆਂ 'ਚ ਰੋਕਤਾ, ਕਿਤੇ ਕਿੰਨੇ ਹੱਥਕੰਡੇ ਬਣਾਏ ਆ। ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਤੁਸੀਂ ਜ਼ੋਰ ਕਿਸਾਨ ਨੂੰ ਆਪਣੀ ਰਾਜਧਾਨੀ ਜਾਣ ਤੋਂ ਰੋਕਣ ਵਾਸਤੇ ਲਾਇਆ, ਅਗਰ ਉਹਦਾ 1/10 ਵੀ ਨਸ਼ਿਆਂ ਨੂੰ ਰੋਕਣ ਵਾਸਤੇ ਲਗਾ ਲਓ, ਕਈ ਮਾਵਾਂ ਦੇ ਪੁੱਤ ਬਚ ਜਾਣਗੇ, ਭੈਣਾਂ ਦੇ ਭਰਾ ਬਚ ਜਾਣਗੇ, ਔਰਤਾਂ ਦੇ ਸੁਹਾਗ ਬਚ ਜਾਣਗੇ, ਲੇਕਿਨ ਤੁਸੀਂ ਇਸ ਕਿਸਾਨ ਦੇ ਮਜ਼ਦੂਰਾਂ ਦੇ ਪਿੱਛੇ ਪੈ ਗਏ। ਅਸੀਂ ਕੀ ਮੰਗਿਆ ਤੁਹਾਡੇ ਤੋਂ, ਜੋ ਤੁਸੀਂ ਮੰਨੀਆਂ ਹੋਈਆਂ ਮੰਗਾਂ ਹੈ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਆ ਰਹੇ ਹਾਂ। ਇਸ ਕਰਕੇ ਕਿਸੇ ਵੀ ਕਿਸਾਨ ਭਰਾ ਨੂੰ ਪੈਨਿਕ ਹੋਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਬਹੁਤ ਵੱਡੇ ਕਾਫਲੇ ਪੰਜਾਬ 'ਚੋਂ ਡੱਬ ਵਾਲੀ ਰੋਡ ਤੋਂ ਆ ਰਹੇ ਨੇ, ਡੱਬ ਵਾਲੀ ਪਿੰਡ ਤੋਂ ਐਂਟਰ ਕਰਨਗੇ। ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ, ਜੋ ਕਿਸਾਨ ਕਰਦਾ ਐਲਾਨ ਕਰਕੇ ਕਰਦਾ, ਕੋਈ ਲੁਕ ਛਿਪ ਕੇ ਨਹੀਂ। ਅਸੀਂ ਬੜੇ ਦਿਨਾਂ ਦਾ ਐਲਾਨ ਕਰ ਰੱਖਿਆ 13 ਤਰੀਕ ਨੂੰ ਦਿੱਲੀ ਕੂਚ ਦਾ, ਜਿਹੜੇ ਰਸਤੇ ਦੱਸੇ ਉਹਨਾਂ ਰਸਤਿਆਂ 'ਤੇ ਜਾਵਾਂਗੇ। ਅਸੀਂ ਲੁਕ ਛਿਪ ਕੇ ਜਾਣਾ ਨਹੀਂ, ਅਸੀਂ ਆਪਣੇ ਦੇਸ਼ ਦੀ ਰਾਜਧਾਨੀ 'ਚ ਆਪਣੇ ਹੱਕਾਂ ਦੇ ਵਾਸਤੇ ਲੜਾਈ ਲੜਨ ਵਾਸਤੇ ਜਾ ਰਹੇ ਹਾਂ। ਅਤੇ ਇਸ ਦੇ ਨਾਲ ਹੀ 3 ਜਿਹੜੇ ਬਾਰਡਰ ਨੇ, ਸ਼ੰਭੂ ਬਾਰਡਰ ਤੋਂ ਵੀ ਜਿਹੜੇ ਉੱਧਰ ਦੇ ਜ਼ਿਲ੍ਹਿਆਂ ਦੇ ਨੇੜਿਆਂ ਦੇ ਕਰਨਾਲ ਪਛੇਤਰ ਅਤੇ ਯਮੁਨਾਨਗਰ ਦੇ ਸਾਥੀ ਨੇ ਉਹ ਉੱਥੇ ਆਉਣ, ਉਸ ਤੋਂ ਇਲਾਵਾ ਜਿਹੜੇ ਖਨੌਰੀ ਬਾਰਡਰ ਦੇ ਨਾਲ ਲੱਗਦੇ ਸਾਥੀ ਨੇ ਉੱਥੇ ਆਉਣ। ਸਭ ਤੋਂ ਪਹਿਲਾਂ ਆਪਾਂ 13 ਤਰੀਕ ਨੂੰ ਜਿਹੜੇ ਪੰਜਾਬ ਤੋਂ ਸਾਡੇ ਟਰੈਕਟਰ ਟਰਾਲੀਆਂ ਆ ਰਹੇ ਉਹਨਾਂ ਨੂੰ ਰਿਸੀਵ ਕਰਨਾ ਅਤੇ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਾ। ਇਹ ਸਾਰੇ ਸਾਥੀ ਧਿਆਨ ਦੇਣ, ਹੋ ਸਕਦਾ ਨੈੱਟ ਬੰਦ ਹੋਣ ਕਰਕੇ ਮੈਸੇਜ ਨਾ ਲੱਗ ਸਕੇ। ਜਿਹੜੀ ਸਰਸੇ ਜ਼ਿਲ੍ਹਾ ਨੇ ਭਾਰਤੀ ਕਿਸਾਨ ਏਕਤਾ BKE ਅਤੇ ਹਰਿਆਣਾ ਕਿਸਾਨ ਏਕਤਾ ਡੱਬ ਵਾਲੀ, ਜਿਨ੍ਹਾਂ ਨੇ ਮਿਲ ਕੇ ਜੋ ਰਣਨੀਤੀ ਬਣਾਈ ਹੈ ਉਸੇ ਤਹਿਤ ਹੀ ਆਪਾਂ ਕੰਮ ਕਰਨਾ। ਅਸੀਂ ਬਿਲਕੁਲ ਅਨੁਸ਼ਾਸਨ 'ਚ ਰਹਿ ਕੇ, ਸ਼ਾਂਤ ਰਹਿ ਕੇ, ਸ਼ਾਂਤਮਈ ਤਰੀਕੇ ਨਾਲ ਟਕਰਾਵ ਤੋਂ ਬਚ ਕੇ ਅਤੇ ਦਿੱਲੀ ਵੱਲ ਨੂੰ ਜਾਣਾ। ਕਿਸੇ ਵੀ ਹਾਲਾਤ ਦੇ ਵਿੱਚ ਪੈਨਿਕ ਨਹੀਂ ਹੋਣਾ, ਕਿਸੇ ਵੀ ਨੌਜਵਾਨ ਸਾਥੀ ਨੂੰ ਖਾਸ ਕਰ ਅਪੀਲ ਹੈ, ਪੈਨਿਕ ਨਹੀਂ ਹੋਣਾ, ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਟਕਰਾਵ ਹੋਏ। ਅਸੀਂ ਕਿਸੇ ਤਰ੍ਹਾਂ ਦਾ ਟਕਰਾਵ ਨਹੀਂ ਕਰਨਾ, ਅਸੀਂ ਆਪਣੀਆਂ ਮੰਗਾਂ ਵਾਸਤੇ ਦਿੱਲੀ ਜਾਣਾ ਅਤੇ ਜਾ ਕੇ ਰਵਾਂਗੇ। ਜਿੰਨੇ ਮਰਜ਼ੀ ਬੈਰੀਗੇਟ ਲਗਾ ਲਓ, ਜਿੰਨੀਆਂ ਮਰਜ਼ੀਆਂ ਰੋਡਾਂ ਤੋੜ ਲਓ, ਕੋਈ ਸੜਕ ਪੱਟ ਰਿਹਾ, ਕੋਈ ਕਿਤੇ ਕੁਛ ਕਰ ਰਿਹਾ, ਇਹ ਕੋਈ ਰੋਕਾਂ ਕਿਸਾਨ ਨੂੰ ਰੋਕ ਨਹੀਂ ਸਕਦੀਆਂ। ਕਿਸਾਨ ਦਿੱਲੀ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।